2 ਫਰਵਰੀ 1986 ਨੂੰ ਨਕੋਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਆਬੀ ਹੁੰਦੀ ਹੈ ਉਸ ਤੋਂ ਬਾਅਦ 4 ਤਰੀਕ ਨੂੰ ਗੋਲੀਆਂ ਚੱਲਦੀਆਂ ਨੇ ਜਿਸ ਦੇ ਵਿੱਚ 4 ਨੌਜਵਾਨ ਮਾਰੇ ਜਾਂਦੇ ਨੇ ਉਸ ਟਾਈਮ ਏਡੀਸੀ ਸਨ ਦਰਬਾਰਾ ਸਿੰਘ ਗੁਰੂ ਦਰਬਾਰਾ ਸਿੰਘ ਗੁਰੂ ਅੱਜਕੱਲ ਅਕਾਲੀ ਦਲ ਦੇ ਨੇ ਔਰ ਵਿਰੋਧੀ ਲਗਾਤਾਰ ਇਸ ਗਲਤੀ ਸਵਾਲ ਚੁੱਕ ਰਹੇ ਨੇ ਕਿ ਉਸ ਟਾਈਮ ਏਡੀਸੀ ਹੁੰਦੇ ਹੋਏ ਉਹਨਾਂ ਨੇ ਸਹੀ ਕਾਰਵਾਈ ਨਹੀਂ ਕੀਤੀ ਔਰ ਉਹਨਾਂ ਦੀ ਵਜ੍ਹਾ ਕਰਕੇ 4 ਸਿੱਖ ਨੌਜਵਾਨ ਮਾਰੇ ਗਏ ਇਸ ਟੌਪਿਕ ਤੇ ਵਧੇਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਦਰਬਾਰਾ ਸਿੰਘ ਗੁਰੂ ਜੀ ਗੁਰੂ ਜੀ ਕੀ ਸੀ ਪੂਰਾ ਮਾਮਲਾ ਅਸਤ੍ਰੰਦੀ ਕਿ 2 ਤਰੀਕ ਨੂੰ ਜਿਹੜਾ ਉੱਥੇ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾ ਜੜੀਆਂ ਉਹ ਅਗਨਪੇਟ ਹੋਈਆਂ ਉਸ ਤੋਂ ਬਾਅਦ ਉੱਥੇ ਥੋੜੇ ਦੇ ਹਾਲਾਤ ਜਿਹੜੇ ਹੈ ਕਰਫਿਊ ਲੱਗਾ ਤੇ ਉਹ ਉਸ ਕਰਫਿਊ ਦੇ ਵਿੱਚ ਉੱਥੇ ਨਕੋਦਰ ਦੇ ਵਿੱਚ 8-7-8 ਐਂਟਰੀ ਪੁਆਇੰਟ ਨੇ ਉੱਥੇ ਸੀਲ ਕੀਤਾ ਹੋਇਆ ਸੀ ਪੁਲਿਸ ਅਫਸਰਾਂ ਦੀ ਹਰੇਕ ਨਾਕੇ ਤੇ ਡਿਊਟੀ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਹਰ ਨੱਖ ਦੀ ਡਿਊਟੀ ਸੀ 2 ਫਰਵਰੀ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੇ ਉਹ ਅਗਨਪੇਟ ਹੁੰਦੇ ਆ ਅਗਨਪੇਟ ਹੋਣ ਤੋਂ ਬਾਅਦ ਜੋ ਉਸ ਥੰਵੇਂ ਦੇ ਅਧਿਕਾਰੀ ਨੇ ਉਹ ਤੁਹਾਨੂੰ ਤਕਰੀਬਨ 2:30 ਵਜੇ ਦੱਸਦੇ ਆ ਕਿ ਸਰੂਪ ਅਗਨਪੇਟ ਹੋ ਗਏ ਨੇ ਔਰ ਅਧਿਕਾਰੀਆਂ ਨੇ ਜਾ ਕੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਕਿ ਜਿਹੜੇ ਸਰੂਪ ਹੈ ਉਹਨਾਂ ਨੂੰ ਆਪਾਂ ਗੋਵਿੰਦਵਾਲ ਸਾਹਿਬ ਜਾ ਕੇ ਜਲ ਪ੍ਰਵਾਹ ਕਰ ਦਈਏ ਉਸ ਤੋਂ ਬਾਅਦ ਉਹ ਮੰਨ ਜਾਂਦੇ ਨੇ ਉਹਨਾਂ ਦੇ ਮੰਨਣ ਤੋਂ ਬਾਅਦ ਪਰ ਸ਼ਾਮ ਨੂੰ 5:45 ਦੇ ਅਧਿਕਾਰੀ ਤੁਹਾਨੂੰ ਫਿਰ ਸੂਚਿਤ ਕਰਦੇ ਨੇ ਕਿ ਉਹਨਾਂ ਨੇ ਫੈਸਲਾ ਬਦਲ ਲਿਆ ਉਹ ਚਾਹੁੰਦੇ ਨੇ ਕਿ ਅਸੀਂ 3 ਫਰਵਰੀ ਨੂੰ ਨਕੌਦਰ ਸ਼ਹਿਰ ਦੇ ਵਿੱਚ ਇੱਕ ਰੋਸ ਮਾਰਚ ਕੱਢਾਂਗੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਰਾਤ ਨੂੰ ਫਿਰ 9:30 ਵਜੇ ਤੁਹਾਨੂੰ ਅਧਿਕਾਰੀ ਦੱਸਦੇ ਨੇ ਕਿ ਉਹ ਸਾਡੀ ਗੱਲ ਨਹੀਂ ਮੰਨੇ ਔਰ ਉਹਨਾਂ ਨੇ ਕੱਲ੍ਹ ਨੂੰ ਜਲੂਸ ਕਰਨਾ ਹੈ ਪਰ ਤੁਸੀਂ ਉਸ ਤੋਂ ਬਾਅਦ ਕੋਈ ਫੈਸਲਾ ਨਹੀਂ ਲਿਆ ਕਿ 3 ਤਰੀਕ ਨੂੰ ਜਦੋਂ ਜਲੂਸ ਕਰਨਾ ਹੈ ਤਾਂ ਉਸ ਟਾਈਮ ਕਰਫਿਊ ਲਗਾਇਆ ਜਾਵੇ ਜਾਂ ਨਾ ਲਗਾਇਆ ਜਾਵੇ ਇਸ ਤਰ੍ਹਾਂ ਦੀ ਕਿ ਜਦੋਂ ਇਹ ਸਰੂਪ ਅਗਨ ਭੇਟ ਹੋਣ ਦੀ ਖਬਰ ਮਿਲੀ ਹੈ ਤਾਂ ਮੈਂ ਤੇ ਐਸਐਸਪੀ ਇਕੱਲੇ ਅਧਿਕਾਰੀ ਨਹੀਂ ਮੈਂ ਤੇ ਐਸਐਸਪੀ ਅਸੀਂ ਘਟਨਾ ਸਥਲ ਤੇ ਉੱਥੇ ਗੁਰਦੁਆਰਾ ਸਾਹਿਬ ਪਹੁੰਚੇ ਉੱਥੇ ਪਤਾ ਕੀਤਾ ਵੀ ਕੀ ਗੱਲ ਐ ਸਾਰੀ ਉਸ ਤੇ ਮੌਕੇ ਤੇ ਇਹੀ ਪਤਾ ਲੱਗਿਆ ਵੀ ਇਹ ਇੱਕ ਜਿਹੜਾ ਐਕਸੀਡੈਂਟਲ ਆ ਤੋ ਚਲੋ ਅਸੀਂ ਦੇਖ ਕੇ ਆ ਗਏ ਅਸੀਂ ਆਪ ਗਏ ਕੋਈ ਅਧਿਕਾਰੀਆਂ ਨੇ ਵੀ ਨਾਲ ਸਾਡੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਫੇਰ ਜਦੋਂ ਇਹ ਲੱਗਿਆ ਵੀ ਉੱਥੇ ਹਾਲਾਤ ਖਰਾਬ ਹੁੰਦੇ ਆ ਤਾਂ ਕਰਫਿਊ ਲਾਇਆ ਗਿਆ ਜਿਹੜਾ ਤੁਸੀਂ ਕਰਫਿਊ ਲਾਇਆਗਾ 3 ਤਰੀਕ ਨੂੰ ਸਵੇਰ ਪਹਿਲਾਂ ਸਿੱਖ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰਦੀਆਂ ਉਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰਦੀਆਂ 3 ਫਰਵਰੀ 1986 ਨੂੰ ਸ਼ਾਮ ਨੂੰ 7:30 ਵਜੇ ਤੁਸੀਂ ਕਰਫਿਊ ਲਗਾ ਰਹੇ ਹੋ ਤਾਂ ਕੀ ਕਰਫਿਊ 2 ਤਰੀਕ ਨੂੰ ਕਿਉਂ ਨਹੀਂ ਲਗਾਏਗਾ ਕਿ ਹਾਲਾਤ ਉਸ ਦਿਨ ਦੇ ਉਦਾਂ ਦੇ ਨਹੀਂ ਸੀ ਜਾਂ ਕੀ ਕਰਨ ਸੀ ਇਸ ਤਰ੍ਹਾਂ ਹੁੰਦਾ ਕਰਫਿਊ ਜਿਹੜਾ ਹੈ ਨਾ ਐਡਮਿਨਿਸਟ੍ਰੇਸ਼ਨ ਤੇ ਇਹ ਮਤਲਬ ਨਹੀਂ ਹੁੰਦਾ ਕਿ ਮਾੜੀ ਦੀ ਕੋਈ ਵੀ ਤੁਹਾਨੂੰ ਲੱਗੇ ਵੀ ਸਿਚੁਏਸ਼ਨ ਹੋ ਰਹੀ ਹੈ ਕਿ ਕਰਫਿਊ ਲਾ ਦਿਓ ਹੁੰਦਾ ਸਿਚੁਏਸ਼ਨ ਜਿਹੜੀ ਹੈ ਉਹਦੇ ਵਿੱਚ ਅਸੈਸਸ ਕੀਤੀ ਜਾਂਦੀ ਹੈ ਸਮਦੇ ਆਬ ਦੇ ਆ ਕੇ ਗੱਲਬਾਤ ਕੀਤੀ ਜਾਂਦੀ ਹੈ ਤੇ ਗੱਲਬਾਤ ਕਰਨ ਤੋਂ ਬਾਅਦ ਜਦੋਂ ਲੱਗਦਾ ਕਰਫਿਊ ਦਾ ਲਾਸਟ ਰਿਸੋਰਟ ਇਹ ਨਹੀਂ ਹੈ ਵੀ ਤੁਸੀਂ ਮਾੜੀ ਦੀ ਗੱਲ ਹੋ ਗਈ ਕਿ ਉਹਦੀ ਕਰਫਿਊ ਲਾ ਦੇਓ ਇਹ ਅਸੈਸਮੈਂਟ ਹੁੰਦੀ ਹੈ ਇਹ 3 ਤਰੀਕ ਦੀ ਸ਼ਾਮ ਨੂੰ ਜਿਹੜਾ ਹੈ ਉਹ ਕਰਫਿਊ ਲਾਇਆ ਗਿਆ ਜਦੋਂ ਕਿ ਲੱਗਿਆ ਵੀ ਇੱਥੇ ਉਸ ਤੋਂ ਪਹਿਲਾਂ ਜਦੋਂ 4 ਤਰੀਕ ਨੂੰ ਮੈਂ ਤੁਹਾਨੂੰ ਦੱਸਦਾ ਕਿ ਇੱਕ ਪਾਸੇ ਤੋਂ ਮੈਨੂੰ ਯਾਦ ਨਹੀਂ ਕਿਹੜੀ ਸਾਈਡ ਤੋਂ ਕੁਝ ਸੱਜਣ ਆਏ ਅਸੀਂ ਉੱਥੇ ਮੈਂ ਤੇ ਐਸਐਸਪੀ ਮੌਕੇ ਤੇ ਪਹੁੰਚੇ ਬਾਬਾ ਜਗਿੰਦਰ ਸਿੰਘ ਜੀ ਸ਼ਾਇਦ ਆਈ ਸੀ ਤੁਹਾਡੇ ਕੋਲ ਨਹੀਂ ਕੁਝ ਅੰਦਰ ਐਂਟਰ ਕਰਨਾ ਚਾਹੁੰਦੇ ਸੀ ਉੱਥੇ ਮੈਂ ਤੇ ਐਸਐਸਪੀ ਗਏ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਤੁਸੀਂ 50 ਗੱਦ ਪਿੱਛੇ ਖੜੋ ਕਿਉਂਕਿ ਹੁੰਦਾ ਪਤਾ ਨਹੀਂ ਵੀ ਇਹ ਅਟੈਕ ਹੀ ਕਰਨਗੇ ਸਾਡੇ ਤੇ ਮੈਂ ਬਤੌਰ ਏਡੀ ਸੀ ਕਿਉਂਕਿ ਡੀਸੀ ਸਾਹਿਬ ਟ੍ਰੇਨਿੰਗ ਤੇ ਸੀ ਮੇਰੇ ਕੋਲ ਡੀਸੀ ਦਾ ਚਾਰਜ ਵੀ ਸੀ ਮੈਂ ਬਤੌਰ ਡੀਸੀ ਉਹਨਾਂ ਕੋਲੇ ਆਪਣੇ ਜਿਹੜੇ ਦੋ ਗਨਮੈਨ ਸੀ ਲੈ ਕੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਕਰਫਿਊ ਲੱਗਿਆ ਹੋਇਆ ਤੁਸੀਂ ਅੰਦਰ ਜਿਹੜਾ ਹੈ ਪੁਲਿਸ ਨਾਲ ਚੜਾਪ ਹੋਦੂ ਇਹ ਵੀ ਆਫਰ ਕੀਤਾ ਕਿ ਤੁਸੀਂ ਜਿਹੜੇ ਕੁਝ ਬੰਦੇ 5 ਬੰਦੇ 10 ਬੰਦੇ 21 ਬੰਦੇ ਉਹ ਚਲੋ ਅਖੀਰ ਤੇ ਇਹ ਗੱਲ ਮੰਨ ਗਏ ਕਿ ਠੀਕ ਆ ਅਸੀਂ ਨਹੀਂ ਜਾਂਦੇ ਉਹ ਮੁੜ ਗਏ ਉਸ ਤੋਂ ਬਾਅਦ ਅਸੀਂ ਸਾਰੇ ਨਾਕਿਆਂ ਤੇ ਰਾਉਂਡ ਲਾ ਕੇ ਥਾਣੇ ਤੱਕ ਬੈਠ ਗਏ ਤਿੰਨ ਸਾਢੇ ਤਿੰਨ ਵੱਜ ਗਏ ਉੱਥੇ ਜਦੋਂ ਬੈਠੇ ਸੀ ਉਸ ਤੋਂ ਬਾਅਦ ਇੱਕ ਨਾਕੇ ਤੇ ਜਿਹੜੀ ਹੈ ਉਹ ਫਾਇਰ ਹੋਣ ਦੀ ਆਵਾਜ਼ ਸਾਨੂੰ ਉੱਥੇ ਸੁਣੀ ਉਹ ਜਿਹੜੀ ਫਾਇਰਿੰਗ ਹੋਈ ਹੈ ਉਸ ਨਾਕੇ ਤੇ ਐਸਪੀ ਆਪਰੇਸ਼ਨ ਸੀ ਸੀਆਰਪੀ ਦੇ ਉਹ ਉਸ ਨਾ ਕਿਤੇ ਸੀਗੇ ਉਥੋਂ ਜਦੋਂ ਅਸੀਂ ਰਾਉਂਡ ਲਿਆ ਉੱਥੇ ਕੋਈ ਨਹੀਂ ਸੀਗੇ ਉੱਥੇ ਆ ਗਏ ਹੋ ਸਕਦਾ ਉਹ ਸੀਆਰਪੀ ਦੇ ਅਫੀਸਰ ਸੀ ਸ਼ਾਇਦ ਹੈਂਡਲਿੰਗ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਕੀਤੀ ਉਹਨਾਂ ਨੇ ਫਾਇਰਿੰਗ ਕਰਤੀ ਬੜੀ ਇਹ ਮਨਪਘੀ ਘਟਨਾ ਹੈ ਕਿ ਚਾਰ ਨੌਜਵਾਨਾਂ ਦੀਆਂ ਜਿਹੜੀਆਂ ਹੈ ਉਹ ਜੰਨਾ ਉੱਥੇ ਗਈਆਂ ਪਰ ਜਿਹੜਾ ਇਹ ਕੁਝ ਮੀਡੀਆ ਦੇ ਸੈਕਸ਼ਨ ਦੇ ਵਿੱਚ ਇਹ ਰਿਪੋਰਟਿੰਗ ਕੀਤੀ ਕਿ ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਇਹ ਕਰੈਕਟ ਵੀ ਕਰਤਾ ਕਿ ਦੀ ਉੱਥੇ ਫਾਇਰਿੰਗ ਹੋਈ ਦਰਬਾਰਾ ਸਿੰਘੁਰ ਉਥੇ ਡੀਸੀ ਸੀ ਤੇ ਇਹ ਇਸ ਤਰ੍ਹਾਂ ਹੋਇਆ ਦੇਖੋ ਡੀਸੀ ਹੋਣਾ ਤਾਂ ਕੋਈ ਗੁਨਾਹ ਨਹੀਂ ਅਸੀਂ ਜਦੋਂ ਗੋਲੀ ਚੱਲੀ ਹੈ ਉਸ ਘਟਨਾ ਸਥਾਨ ਤੇ ਨਾ ਮੈਂ ਸੀ ਉਥੇ ਨਾ ਐਸਐਸਪੀ ਸੀ ਨਾ ਕੋਈ ਲੱਗੇ ਹੋਏ ਸੀ ਜਿਹੜੀ ਗੋਲੀ ਚੱਲਣ ਦਾ ਆਰਡਰ ਹੈ ਉਹ ਵੀ ਐਸਪੀ ਆਪਰੇਸ਼ਨ ਨੇ ਕੀਤਾ ਉਸ ਤੋਂ ਬਾਅਦ ਜਿਹੜਾ ਅਸੀਂ ਜਦੋਂ ਗੋਲੀ ਚੱਲਣ ਦੀ ਆਵਾਜ਼ ਸੁਣੀ ਫਿਰ ਮੈਂ ਤੇ ਐਸਐਸਪੀ ਉਥੇ ਮੌਕੇ ਤੇ ਬਾਅਦ ਚ ਪਹੁੰਚੇ ਆ ਫਿਰ ਉਥੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਠਾਇਆ ਗਿਆ ਸਰਕਾਰ ਵੱਲੋਂ ਉਦੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਪੂਰੇ ਬਿਆਨ ਲੈ ਕੇ ਸਾਢੇ 20 ਸਾਰੇ ਦਿਨ ਨੇ ਉੱਥੇ ਅਧਿਕਾਰੀ ਸੀ ਉਹਦੇ ਵਿੱਚ ਉਹਨਾਂ ਨੇ ਹੋਲਡ ਕੀਤਾ ਕਿ ਜਿਹੜੀ ਗੋਲੀ ਹੈ ਉਹ ਐਸਪੀਓ ਆਪਰੇਸ਼ਨ ਨੇ ਆਰਡਰ ਕੀਤਾ ਸੀ ਕੋਈ ਸਾਢੇ ਬਾਰੇ ਤਾਂ ਮੇਰੇ ਤੇ ਐਸਐਸਪੀ ਬਾਰੇ ਤਾਂ ਇਹ ਕਿਹਾ ਕਿ ਉਹ ਤਾਂ ਉੱਥੇ ਘਟਨਾ ਸਥਾਨ ਤੇ ਮੌਜੂਦ ਨਹੀਂ ਸੀ 1 ਕਿਲੋਮੀਟਰ ਥਾਣੇ ਤੇ ਬੈਠੇ ਸੀ ਤੇ ਐਸਪੀਓ ਆਪਰੇਸ਼ਨ ਨੂੰ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਜਾਂ ਐਸਐਸਪੀ ਤੋਂ ਪਹਿਲਾਂ ਐਸਐਸਪੀ ਤੋਂ ਪੁੱਛਣਾ ਹੁੰਦਾ ਉਹਨਾਂ ਨੇ ਐਸਐਸਪੀ ਸਾਹਿਬ ਮੈਨੂੰ ਪੁੱਛਦੇ ਵੀ ਤੁਸੀਂ ਕਿਸੇ ਤੋਂ ਦੋਨਾਂ ਤੋਂ ਕੋਈ ਆਗਿਆ ਲਈ ਉਹਨਾਂ ਨੇ ਕਿਹਾ ਮੈਂ ਆਗਿਆ ਨਹੀਂ ਲਈ ਇਹ ਵੀ ਪੁੱਛਿਆ ਗਿਆ ਕਿ ਉਦੋਂ ਆ ਮੋਬਾਈਲ ਤਾਂ ਹੁੰਦੇ ਨਹੀਂ ਸੀ ਕਿ ਵਾਇਰਲੈਸ ਤੇ ਤੁਸੀਂ ਆ ਗੱਲ ਲੈ ਲੈਂਦੇ ਉਹ ਕਹਿੰਦੇ ਉਦੋਂ ਸੰਭਵ ਨਹੀਂ ਸੀ ਇਹ ਵਾਇਰਲਸ ਤੇ ਆ ਗੱਲ ਲੈਣਾ ਤੋਂ ਦੂਸਰੀ ਗੱਲ ਫਿਰ ਇਹ ਵੀ ਹੈ ਜਸਪ੍ਰੀਤ ਗੁਰਨਾਮ ਸਿੰਘ ਦੀ ਰਿਪੋਰਟ ਦੇ ਵਿੱਚ ਮੇਰੇ ਕੋਲ ਹੈ ਮੈਂ ਤੱਥਾਂ ਤੇ ਬੋਲ ਰਿਹਾ ਕੋਈ ਇਹ ਨਹੀਂ ਕਿ ਤੱਥਾਂ ਦੇ ਆਧਾਰ ਤੇ ਇਹ ਵੀ ਲਿਖਿਆ ਜਸਪ੍ਰੀਤ ਗੁਰਨਾਮ ਸਿੰਘ ਦੀ ਰਿਪੋਰਟ ਚ ਕਿ ਗੋਲੀ ਚ ਲਾਉਣ ਤੋਂ ਬਾਅਦ ਵੀ ਡੀਸੀ ਤੇ ਐਸਐਸਪੀ ਨੂੰ ਸੂਚਿਤ ਨਹੀਂ ਕੀਤਾ ਐਸਪੀ ਐਸਐਸਪੀ ਨੇ ਐਸਪੀ ਨੇ ਤੇ ਉਹ ਅਸੀਂ ਲਿਖਿਆ ਵੀ ਘਟਨਾ ਸਥਲ ਤੇ ਗੋਲੀਆਂ ਸੁਣ ਕੇ ਅਸੀਂ ਗੋਲੀਆਂ ਚੱਲਣ ਤੋਂ ਬਾਅਦ ਪਹੁੰਚੇ ਆ ਤਾਂ ਇਸ ਕਰਕੇ ਨਾ ਤਾਂ ਮੈਂ ਬਤੌਰ ਏਡੀਸੀ ਦਾ ਡੀਸੀ ਉਸ ਘਟਨਾ ਸਥਾਨ ਤੇ ਮੌਜੂਦ ਸੀ ਜਿੱਥੇ ਗੋਲੀ ਚੱਲੀ ਹੈ ਗੋਲੀ ਚੱਲਣ ਦਾ ਆਰਡਰ ਜਸਪੀ ਗੁਰਨਾਮ ਸਿੰਘ ਵੱਲੋਂ ਕਲੀਅਰ ਹੈ ਕਿ ਐਸਪੀ ਆਪਰੇਸ਼ਨ ਨੇ ਕੀਤਾ ਨਾ ਹੀ ਮੇਰੇ ਵੱਲੋਂ ਕੋਈ ਆਰਡਰ ਹੈ ਨਾ ਹੀ ਕੋਈ ਲਿਖਤੀ ਦਾ ਜ਼ਬਾਨੀ ਇਹ ਐਸਪੀ ਆਪਰੇਸ਼ਨ ਨੇ ਵੀ ਮੰਨਿਆ ਕਿ ਮੈਂ ਫੈਸਲਾ ਲਿਆ ਗੋਲੀ ਚਲਾਉਣ ਦਾ ਜਸਪੀ ਗੁਰਨਾਮ ਸਿੰਘ ਦੀ ਰਿਪੋਰਟ 'ਚ ਵੀ ਹੈ ਕਿ ਡੀਸੀ ਤੇ ਐਸਐਸਪੀ ਨੂੰ ਪੁੱਛਿਆ ਨਹੀਂ ਗਿਆ ਇਸ ਕਰਕੇ ਇਹ ਜਿਹੜਾ ਇਹ ਕਹਿਣਾ ਦੇਖੋ ਕਈ ਵਾਰੀ ਮੈਂ ਇਹ ਬੇਨਤੀ ਕਰਦਾ ਕਿ মিডিਆ ਜਿਹੜਾ ਹੈ ਉਹ ਚੌਥਾ ਥੰਮ ਹੈ ਲੋਕ ਰਾਜ ਦਾ মিডিਆ ਨੂੰ ਪੂਰਾ ਹੱਕ ਹੈ ਕਿ ਰਿਪੋਰਟਿੰਗ ਕਰੇ ਪਾਰਟੀਆਂ ਤੇ ਕ੍ਰਿਟਿਸਿਜ਼ਮ ਕਰੇ ਲੀਡਰਾਂ ਤੇ ਵੀ ਕਰ ਸਕਦੇ ਜੇ ਕੋਈ ਹੋਵੇ ਪਰ ਮੈਂ ਇਹ ਬੇਨਤੀ ਕਰਦਾ ਕਿ ਰਿਪੋਰਟਿੰਗ ਜਿਹੜੀ ਹੈ ਉਹ ਤੱਥਾਂ ਤੇ ਆਧਾਰਿਤ ਹੋਣੀ ਚਾਹੀਦੀ ਹੈ ਤੱਥ ਕੋ ਸ਼ੋਰ ਨੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੋ ਵੀ ਤੁਸੀਂ ਤੱਥ ਪੇਸ਼ ਕਰ ਰਹੇ ਹੋ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਤੇ ਤੱਥ ਨੇ ਤਾਂ ਮੈਂ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਤੋਂ ਤੱਥਾਂ ਤੇ ਗੱਲ ਕਰ ਰਿਹਾਗਾ ਕਿ ਜਸਟਿਸ ਗੁਰਨਾਮ ਸਿੰਘ ਇਸੀ ਰਿਪੋਰਟ ਦੇ ਵਿੱਚ ਲਿਖਦੇ ਨੇ ਕਿ ਜੋ ਏਕੇ ਸ਼ਰਮਾ ਨੇ ਜਿਨ੍ਹਾਂ ਨੇ ਉਹ ਗੁਲੀ ਚਲਾਈ ਹੈ ਤੁਹਾਡੇ ਤੋਂ ਉਸ ਦੀ ਇਜਾਜ਼ਤ ਨਹੀਂ ਲਈ ਨਾ ਵਰਬਲ ਲਈ ਹੈ ਨਾ ਹੀ ਉਸ ਦੀ ਕੋਈ ਲਿਖਤੀ ਆਰਡਰ ਸੀ ਨਾ ਹੀ ਉਸ ਦੀ ਵਾਇਰਲੈਸ ਤੇ ਕੋਈ ਤੁਹਾਡੇ ਤੋਂ ਜਾਣਕਾਰੀ ਲਈ ਗਈ ਹੈ ਅੱਗੇ ਏਕੇ ਸ਼ਰਮਾ ਜੀ ਕਹਿੰਦੇ ਕਿ ਮੈਂ ਸਿਚੁਏਸ਼ਨ ਬਾਰੇ ਲਗਾਤਾਰ ਏਡੀਸੀ ਔਰ ਐਸਐਸਪੀ ਨੂੰ ਦੱਸ ਰਿਹਾ ਸੀ ਜੋ 1 ਕਿਲੋਮੀਟਰ ਦੂਰ ਥਾਣੇ ਸੀ ਔਰ ਉਹਨਾਂ ਨੇ ਮੈਨੂੰ ਕਿਸੇ ਦੀ ਗ੍ਰਿਫਤਾਰੀ ਲਈ ਨਹੀਂ ਕਿਹਾ ਗਿਆ ਕਿ ਤੁਸੀਂ ਇਹਨਾਂ ਨੂੰ ਰੋਕੋ ਜਾਂ ਇਹਨਾਂ ਦੀ ਗ੍ਰਿਫਤਾਰੀ ਕਰੋ ਕਿਉਂਕਿ ਉਹਨਾਂ ਦੇ ਭਾਸ਼ਣਾਂ ਤੋਂ ਲੱਗ ਰਿਹਾ ਸੀਗਾ ਕਿ ਉਹ ਤੱਕਾ ਕਰਨਗੇ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਆਰਡਰ ਜੋ ਏਡੀਸੀ ਨੂੰ ਜਾਂ ਐਸਐਸਪੀ ਨੂੰ ਜਾਰੀ ਕਰਨੀ ਚਾਹੀਦੀ ਸੀ ਉਹ ਨਹੀਂ ਦਿੱਤੇ ਗਏ ਦੇਖੋ ਇਸ ਤਰ੍ਹਾਂ ਇਹ ਸਿਚੁਏਸ਼ਨ ਹੁੰਦੀ ਹੈ ਤੁਸੀਂ ਫਰਜ਼ ਕਰ ਲਓ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਹੋਈ ਇਕ ਤੁਹਾਨੂੰ ਮੈਂ ਦੱਸਿਆ ਪਹਿਲੀ ਜਗ੍ਹਾ ਤੇ ਅਸੀਂ ਆਪ ਵੀ ਪਹੁੰਚੇ ਔਰ ਉਹਨਾਂ ਨਾਲ ਬਾਰਤਾਲਾਪ ਕਰਕੇ ਉਹ ਜਿਹੜਾ ਵੀ ਗਰੁੱਪ ਸੀ ਉਹ ਵਾਪਸ ਚਲਾ ਗਿਆ ਮੈਂ ਉਹਨਾਂ ਦਾ ਧੰਨਵਾਦ ਦਿੰਦਾ ਦੂਸਰੀ ਗੱਲ ਹੈ ਕਿ ਉੱਥੇ 7-8 ਨਾਕੇ ਸੀ ਤੁਸੀਂ ਹੁਣ ਪੁਲ ਦੇ ਪਰੇ ਕੋਈ ਸਪੀਚਾਂ ਦੇ ਰਿਹਾ ਤੁਸੀਂ ਕਹੋ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਗ੍ਰਿਫਤਾਰ ਕਰਨ ਵੇਲੇ ਗੋਲੀ ਚੱਲ ਸਕਦੀ ਹੈ ਫਿਰ ਉਹ ਇਹ ਸਮਝਿਆ ਜਾਏਗਾ ਤੁਸੀਂ ਸਿਚੁਏਸ਼ਨ ਨੂੰ ਹੈਂਡਲ ਪ੍ਰੋਪਰ ਨਹੀਂ ਕੀਤਾ ਠੀਕ ਹੈ ਨਾ ਇਹ ਨਹੀਂ ਹੁੰਦਾ ਕਿ ਇਹ ਪੋਸਟਮਾਰਟਮ ਦੀ ਹੋਰ ਗੱਲ ਹੈ ਕਿ ਤੁਸੀਂ ਕਹਿੰਦੇ ਬੰਦੇ ਇਕੱਠੇ ਹੋ ਗਏ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਫਿਰ ਗ੍ਰਿਫਤਾਰ ਕਰੋਗੇ ਝੜਪ ਹੋਏਗੀ ਉੱਥੇ ਉਹਦੇ ਵਿੱਚ ਦੇ ਅਸੀਂ ਕਹਿੰਦੇ ਵੀ ਗ੍ਰਿਫਤਾਰ ਕਰੋ ਤਾਂ ਸਾਨੂੰ ਦੋਸ਼ੀ ਮੰਨਿਆ ਜਾਣਾ ਸੀ ਕਿ ਤੁਸੀਂ ਹਾਲਾਤ ਖਰਾਬ ਕੀਤੇ ਕਿਉਂਕਿ ਉਹ ਤਾਂ ਸਪੀਚਾਂ ਦੇ ਰਹੇ ਸੀ ਲੋਕ ਰਾਜ ਦੇ ਵਿੱਚ ਸਪੀਚਾਂ ਦੇਣ ਦਾ ਤਾਂ ਹੱਕ ਹੈ ਸਾਰਿਆਂ ਨੂੰ ਕੋਈ ਗੱਲ ਕਰ ਰਿਹਾ ਹੈ ਤੈਨੂੰ ਬੇਅਦਬੀ ਹੋਈ ਜੇ ਉਹ ਬੇਅਦਬੀ ਦਾ ਰੋਸ ਵੀ ਪ੍ਰਗਟਾ ਕਰਿਆ ਤੁਸੀਂ ਕਹਿੰਦੇ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਇਹ ਐਡਮਿਨਿਸਟ੍ਰੇਟਿਵਲੀ ਪ੍ਰੋਪਰ ਐਕਸ਼ਨ ਨਹੀਂ ਹੋਏਗਾ ਕਿ ਤੁਸੀਂ ਜਿੱਥੇ ਬੰਦੇ ਇਕੱਠੇ ਹੋਏ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਜਿਸ ਤਰ੍ਹਾਂ ਪੂਰੇ ਨਕੂ ਕਰਫਿਊ ਲੱਗਿਆ ਹੋਇਆ ਸੀਗਾ ਪਰ ਜਿਹੜਾ ਧਰਨਾ ਸੀ ਉਹ ਸ਼ਾਇਦ ਸ਼ੇਰਪੁਰ ਦੇ ਏਰੀਏ ਦੇ ਹੁੰਦਾ ਹੈਗਾ ਜੋ ਕਰਫਿਊ ਤੋਂ ਬਾਹਰ ਦੇ ਰਿਹਾ ਤਾਂ ਕਹਿ ਰਹੇ ਕਿ ਉਸ ਟਾਈਮ ਦੇ ਪ੍ਰਸ਼ਾਸਨ ਨੇ ਕਰਫਿਊ ਨੂੰ ਹੋਰ ਅੱਗੇ ਕਿਉਂ ਨਹੀਂ ਵਧਾਇਆ ਉਹ ਕਰਫਿਊ ਸ਼ੇਰਪੁਰ ਤੱਕ ਵਧਾਇਆ ਜਾ ਸਕਦਾ ਸੀ 144 ਲੱਗਣ ਦੇ ਬਾਵਜੂਦ ਐਦਾਂ ਦੇ ਧਰਨੇ ਮਜਾਰੇ ਕਿਉਂ ਹੋ ਰਹੇ ਸੀ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਕਰਫਿਊ ਹੈ ਨਾ ਉਹ ਮਿਊਨਿਸਪਲ ਲਿਮਟ ਦੇ ਵਿੱਚ ਨਕੋਦਰ ਦੇ ਵਿੱਚ ਲਾਇਆ ਗਿਆ ਇਹ ਨਹੀਂ ਹੈ ਕਿ ਜਿੱਥੇ ਬੰਦੇ ਹੋਗੇ ਤੁਸੀਂ ਕਰਫਿਊ ਵਧਾ ਦਿਓ فرض ਕਰ ਲਓ ਉੱਥੇ ਤੁਸੀਂ ਕਰਫਿਊ ਵਧਾਉਣਾ ਹੈ ਪੌਲਸ ਨੂੰ ਸੁਣਨ ਤੇ ਦੁਰਾਦਰ ਵੀ ਕਰਕੇ ਉਹਨਾਂ ਨੂੰ ਪਰੇ ਕਰੇਗੀ ਨਾ ਜਿੱਥੇ ਕਰਫਿਊ ਲੱਗਿਆ ਕਰਫਿਊ ਵਾਲੇ ਏਰੀਏ ਚੋਂ ਉਸ ਤੋਂ ਪਰੇ ਬੈਠੇ ਸੀ ਬੈਠੇ ਰਹਿਣ ਰੋਸ ਪ੍ਰਗਟ ਕਰ ਰਹੇ ਆ ਆਪਣੀਆਂ ਸਪੀਚਾਂ ਦੇ ਰਹੇ ਦੇ ਰਹੇ ਜੇ ਤੁਸੀਂ ਦੇਖੋ ਗੱਲ ਪਤਾ ਕੀ ਹੈ ਇਹ ਐਡਮਿਨਿਸਟ੍ਰੇਸ਼ਨ ਹੋਰ ਗੱਲ ਹੈ ਪਬਲਿਕ ਡੀਲਿੰਗ ਹੈ ਜਿਹੜੀ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਬਲਿਕ ਡੀਲਿੰਗ ਕਰਕੇ ਸਿਚੁਏਸ਼ਨ ਨੂੰ ਖਰਾਬ ਨਹੀਂ ਕਰ ਸਕਦੇ ਤੁਸੀਂ ਕਹਿੰਦੇ ਉਹ ਵੀ ਕਰਫਿਊ ਵਧਾ ਦਿੰਦੇ ਕਰਫਿਊ ਵਧਾ ਦਿੰਦੇ ਤਾਂ ਫਿਰ ਪੁਲਿਸ ਨੇ ਡਾਂਗੋ ਡਾਂਗੀ ਹੋ ਜਾਣਾ ਸੀ ਗੋਲੀ ਚੱਲਨੇ ਸੀ ਦੈਨ ਆਈ ਵੁਡ ਹੈਵ ਬੀਨ ਹੈਲਡ ਰਿਸਪਾਂਸਿਬਲ ਕਿ ਤੁਸੀਂ ਐਵੇਂ ਸਿ ਜਿਹੜਾ ਕਰਫਿਊ ਤੋਂ ਬਾਹਰ ਬੰਦੇ ਬੈਠੇ ਆ ਉਹ ਬੈਠੇ ਆਪਣਾ ਰੋਸ ਦੇ ਰਹੇ ਆ ਉਹ ਆਪਣੀਆਂ ਸਪੀਚਾਂ ਕਰ ਰਹੇ ਆ ਸਾਨੂੰ ਉਹਦੇ ਕੀ ਤਰ੍ਹਾਂ ਸੀਗਾ ਤੁਸੀਂ 1 ਕਿਲੋਮੀਟਰ ਦੂਰ ਮੌਜੂਦ ਸੀ ਤੁਹਾਡੇ ਇਸਾਮ ਨਾਲ ਕੀ ਉਹ ਜਿਹੜਾ ਮਜ਼ਾਰਾ ਸੀ ਉਹ ਇਨਾ ਹਾਈਪਰ ਸੀਗਾ ਕਿ ਉੱਤੇ ਗੋਲੀ ਚਲਾਉਣ ਦੀ ਜ਼ਰੂਰਤ ਪੈਣੀ ਸੀ ਕਿਉਂਕਿ ਰਿਪੋਰਟ ਦੇ ਵਿੱਚ ਜੋ ਸਥਾਨਕ ਅਧਿਕਾਰੀ ਉਸ ਸਮੇਂ ਦੇ ਮੌਜੂਦ ਅਧਿਕਾਰੀ ਹੈ ਉਹ ਕਹਿ ਰਿਹਾ ਕਿ ਭੀੜ ਸਾਡੇ ਤੇ ਹਾਈਪਰ ਹੋ ਗਈ ਜਿਸ ਦੀ ਵਜ੍ਹਾ ਕਰਕੇ ਸਾਨੂੰ ਗੋਲੀਆਂ ਚਲਾਉਣੀਆਂ ਪਈਆਂ ਦੇਖੋ ਇਹ ਹੁੰਦਾ ਇਹ ਮੌਕੇ ਤੇ ਜਿਹੜਾ ਹੈ ਨਾ ਜੇ ਮੈਜਿਸਟ੍ਰੇਟ ਮੌਕੇ ਤੇ ਹੋਵੇ ਤਾਂ ਮੈਜਿਸਟ੍ਰੇਟ ਦੀ ਅਸੈਸਮੈਂਟ ਹੁੰਦੀ ਹੈ ਜੇ ਮੈਜਿਸਟ੍ਰੇਟ ਨਾ ਹੋਵੇ ਤਾਂ ਸੀਨੀਅਰ ਪੁਲਿਸ ਅਫਸਰ ਦੀ ਅਸੈਸਮੈਂਟ ਹੁੰਦੀ ਹੈ ਕਿ ਉਹਨੇ ਮੌਕੇ ਤੇ ਫੋਰਸ ਯੂਜ਼ ਕਰਨੀ ਹੈ ਜਾਂ ਨਹੀਂ ਕਰਨੀ ਉਹ ਉਸ ਦਾ ਫੈਸਲਾ ਹੁੰਦਾ ਉਸ ਨੇ ਫੈਸਲਾ ਲਿਆ ਜਸਵੰਤ ਗੁਰਨਾਮ ਸਿੰਘ ਨੇ ਹੋਲਡ ਕੀਤਾ ਕਿ ਐਕਸੈਸਿਵ ਸੀ ਉਸ ਤੋਂ ਬਾਅਦ ਮੈਂ ਕੀ ਕਰ ਸਕਦਾ ਜਸਵੰਤ ਗੁਰਨਾਮ ਸਿੰਘ ਨੇ ਕਹਿਤਾ ਕਿ ਯੂਜ਼ ਆਫ ਫੋਰਸ ਜਿਹੜੀ ਹੈ ਉਹ ਐਕਸੈਸਿਵ ਸੀ ਐਨੀ ਵਾਰੰਟਡ ਨਹੀਂ ਸੀ ਜਿਸ ਅੱਗੇ ਦੀ ਗੱਲ ਹੁੰਦੀ ਉਸ ਦੇ ਵਿੱਚ 4 ਸਿੱਖ ਨੌਜਵਾਨ ਮਾਰੇ ਜਾਂਦੇ ਆ ਔਰ ਪੁਲਿਸ ਤੇ ਇਲਜ਼ਾਮ ਆਉਂਦਾ ਕਿ ਪੁਲਿਸ ਨੇ ਘੋੜਿਆਂ ਦੇ ਪਿੱਛੇ ਜਾ ਜਾ ਕੇ ਸਿੱਖ ਨੌਜਵਾਨਾਂ ਨੂੰ ਚੱਕਿਆ ਉਸ ਤੋਂ ਬਾਅਦ ਇੱਕ ਆਰ.ਏ.ਸੀ. ਆਰੇ ਤੋਂ ਦੋ ਨੌਜਵਾਨ ਚੱਕੇ ਗਏ ਤਿੰਨ ਬੰਦਿਆਂ ਦੀ ਉੱਥੇ ਮੌਤ ਹੋ ਗਈ ਇੱਕ ਉਹਨਾਂ ਚ ਜਿਉਂਦਾ ਸੀ ਜਿਸ ਨੂੰ ਬਾਅਦ ਦੇ ਵਿੱਚ ਜਿਸ ਦੀ ਮੌਤ ਹੋਈ ਹੈ ਔਰ ਨਕੂਦਰ ਵਾਲਿਆਂ ਨੇ ਕਿਹਾ ਕਿ ਇਸ ਨੂੰ ਜਲੰਧਰ ਰੈਫਰ ਕਰ ਦਿੱਤੇ ਜਾਵੇ ਪਰ ਅਧਿਕਾਰੀਆਂ ਨੇ ਉਹਨਾਂ ਨੂੰ ਰੈਫਰ ਨਹੀਂ ਕਰ ਦਿੱਤਾ ਗਿਆ ਔਰ ਜਿਹੜੀਆਂ ਲਾਸ਼ਾਂ ਸੀਗੀਆਂ ਚਾਰੋਂ ਫੈਮਿਲੀ ਨੂੰ ਨਹੀਂ ਦਿੱਤੀਆਂ ਗਈਆਂ ਔਰ ਪੁਲਿਸ ਨੇ ਉਹਨਾਂ ਲਾਸ਼ਾਂ ਨੂੰ ਆਪਣੇ ਲੈਵਲ ਤੇ ਨਕੂਦਰ ਵਿੱਚ ਸਾੜ ਦਿੱਤਾ ਦੇ ਕੋਈ ਪੁਲਿਸ ਦੀ ਕਾਰਵਾਈ ਹੁੰਦੀ ਹੈ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਨਾ ਉਹਦੇ ਲੈਵਲ ਤੇ ਜਿਹੜੀ ਕਾਰਵਾਈ ਹੋਣੀ ਹੁੰਦੀ ਹੈ ਕੋਈ ਮੌਕੇ ਤੇ ਜਦੋਂ ਅਸੀਂ ਗਏ ਆ ਅਸੀਂ ਉੱਥੋਂ 1 ਕਿਲੋਮੀਟਰ ਤੇ ਸੀ ਵੱਧ ਤੋਂ ਵੱਧ ਅਸੀਂ ਗੱਡੀਆਂ ਤੇ ਬੈਠ ਕੇ 5 ਮਿੰਟਾਂ ਚੋਂ ਪਹੁੰਚ ਗਏ ਉੱਥੇ ਮੈਂ ਤਾਂ ਘੋੜੇ ਨਹੀਂ ਦੇਖੇ ਨਾ ਹੀ ਕੋਈ ਉਦੋਂ ਮੁੰਡੇ ਸੀਗੇ ਉਦੋਂ ਪਹਿਲਾਂ ਕੀ ਹੋਇਆ ਮੌਕੇ ਤੇ ਕੀ ਫੋਰਸ ਯੂਜ਼ ਹੋਈ ਉਹ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਪੂਰੀ ਪੜਤਾਲ ਕਰਕੇ ਕਿਹਾ ਕਿ ਯੂਜ਼ ਆਫ ਫੋਰਸ ਐਕਸੈਸਿਵ ਸੀ ਡਿਸਟ੍ਰੀ ਕਿਹਾ ਜਾਂਦਾ ਕਿ ਸ਼ਾਮ ਢਲਣ ਤੋਂ ਬਾਅਦ ਨਾ ਤਾਂ ਸੰਸਕਾਰ ਕੀਤਾ ਜਾਂਦਾ ਔਰ ਨਾ ਹੀ ਪੋਸਟਮਾਰਟਮ ਕੀਤਾ ਜਾਂਦਾ ਪਰ ਇਨਾਂ ਨੌਜਵਾਨਾਂ ਦਾ ਸੰਸਕਾਰ ਵੀ ਸ਼ਾਮ ਨੂੰ ਕੀਤਾ ਗਿਆ ਔਰ ਪੋਸਟਮਾਰਟਮ ਵੀ ਰਾਤ ਨੂੰ ਕੀਤਾ ਗਿਆ ਔਰ ਉਹਦੇ ਉੱਤੇ ਕਹਿ ਰਹੇ ਕਿ ਦਰਬਾਰਾ ਸਿੰਘ ਗੁਰੂ ਦੇ ਆਰਡਰਾਂ ਦੇ ਨਾਲ ਉਹ ਸੰਸਕਾਰ ਪੋਸਟਮਾਰਟਮ ਕੀਤਾ ਗਿਆਗਾ ਉਹ ਮੇਰੀ ਇਨਫੋਰਮੇਸ਼ਨ ਹੈ ਸੰਸਕਾਰ ਸ਼ਾਮ ਨੂੰ ਨਹੀਂ ਕੀਤਾ ਗਿਆ ਜਿਹੜਾ ਪੋਸਟਮਾਰਟਮ ਹੈ ਉਹਦੇ ਜੀ ਦੇਖੋ ਇਹ ਹੁੰਦਾ ਹੈ ਕਿ ਜਦੋਂ ਕੋਈ ਲਾਅ ਐਂਡ ਔਰਡਰ ਸਿਚੁਏਸ਼ਨ ਡਿਵੈਲਪ ਹੁੰਦੀ ਹੈ ਪੁਲਿਸ ਵੱਲੋਂ ਮੈਜਿਸਟ੍ਰੇਟ ਕੋਲੇ ਡਿਸਟ੍ਰਿਕਟ ਮੈਜਿਸਟ੍ਰੇਟ ਕੋਲੇ ਇੱਕ ਰਿਕੁਐਸਟ ਆਉਂਦੀ ਹੈ ਕਿ ਇਹਦੀ ਇਸ ਇਹਦੇ 'ਚ ਹਾਲਾਤ ਖਰਾਬ ਹੋ ਸਕਦੇ ਐ ਇਹਨਾਂ ਲਾਸ਼ਾਂ ਦਾ ਜਲਦੀ ਪੋਸਟਮਾਰਟਮ ਕਰਾਇਆ ਜਾਵੇ। ਉਹਦੇ ਇਸ ਡਿਸਟ੍ਰਿਕਟ ਮੈਜਿਸਟ੍ਰੇਟ ਕੋਈ ਆਰਡਰ ਨਹੀਂ ਕਰਦਾ ਕਿ ਇਹਨਾਂ ਦਾ ਰਾਤ ਨੂੰ ਕੀਤਾ ਜਾਵੇ। ਉਹਦੇ ਵਿੱਚ ਪਰਮਿਸ਼ਨ ਦਿੱਤੀ ਜਾਂਦੀ। ਨਹੀਂ ਹਸਪੀਟਲ ਤੋਂ ਪਰਮਿਸ਼ਨ ਮੰਗੇਗੀ। ਲਿਸਨ ਟੂ ਮੀ। ਉਹਦੇ ਵਿੱਚ ਹਸਪੀਟਲ ਤੋਂ ਨਹੀਂ। ਪੁਲਿਸ ਜਿਹੜੀ ਹੈ ਰਾਤ ਨੂੰ ਜਿਹੜਾ ਪੋਸਟਮਾਰਟਮ ਕਰਾਣਾ ਹੈ। ਉਹ ਸਬ-ਡਿਵੀਜ਼ਨਲ ਮੈਜਿਸਟ੍ਰੇਟ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਮੰਜ਼ੂਰੀ ਤੋਂ ਬਿਨਾਂ ਸਿਵਲ ਸਰਜਨ ਦਾ ਹਸਪੀਟਲ ਵਾਲੇ ਨਹੀਂ ਕਰ ਸਕਦੇ। ਉਹਦੇ 'ਚ ਜੇ ਰਾਤ ਨੂੰ ਪੁਲਿਸ ਨੇ ਕਰਾਉਣਾ ਪੋਸਟਮਾਰਟਮ ਤਾਂ ਜ਼ਿਲ੍ਹਾ ਮੈਜਿਸਟ ਉਹ ਮੰਜ਼ੂਰੀ ਲੈਣੀ ਪੈਂਦੀ ਹੈ ਉਹ ਮੰਜ਼ੂਰੀ ਲਈ ਮੇਰੇ ਕੋਲ ਲਿਖ ਕੇ ਆਇਆ ਸੀ ਕਿ ਇਦਾਂ ਦਾ ਕਰਕੇ ਹਾਲਾਤ ਹੋ ਗਿਆ ਹਾਲਾਤ ਹੋਰ ਖਰਾਬ ਹੋ ਸਕਦੇ ਇਸ ਕਰਕੇ ਇਹਨਾਂ ਦਾ ਲਾਸ਼ਾਂ ਦਾ ਪੋਸਟਮਾਰਟਮ ਇਹ ਜਿਹੜਾ ਰਾਤ ਨੂੰ ਕਰਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਵਲੋਂਸ ਸਿਵਲ ਸਰਦਨ ਨੂੰ ਕੋਈ ਆਰਡਰ ਨਹੀਂ ਹੁੰਦਾ ਕੀ ਕਰੋ ਉਹਨਾਂ ਨੂੰ ਪਰਮਿਸ਼ਨ ਹੁੰਦੀ ਹੈ ਕਿ ਜੇ ਤੁਹਾਡੇ ਕੋਲ ਫੈਸਿਲਿਟੀਆਂ ਨੇ ਰਿਕਵੈਸਟ ਨਾਟ ਰਿਕਵੈਸਟ ਪਰਮਿਸ਼ਨ ਪਰਮਿਸ਼ਨ ਹੁੰਦੀ ਹੈ ਇਟਸ ਅ ਪਰਮਿਸ਼ਨ ਟੂ ਦਾ ਸਿਵਲ ਸਰਦਨ ਕਿ ਜੇ ਤੁਹਾਡੇ ਕੋਲ ਫੈਸਿਲਿਟੀਆਂ ਹੈਗੀਆਂ ਪੂਰੀਆਂ ਤੁਸੀਂ ਸਮਝਦੇ ਹੋ ਕਿ ਰਾਤ ਨੂੰ ਤੁਸੀਂ ਪੋਸਟਮਾਰਟਮ ਦਿਨ ਦੀ ਤਰ੍ਹਾਂ ਕਰ ਸਕਦੇ ਹੋ ਤਾਂ ਕਰ ਲਓ ਉਹਨੂੰ ਪਰਮਿਸ਼ਨ ਹੁੰਦੀ ਹੈ ਸਪੋਜ਼ਿੰਗ ਸਿਵਲ ਸਰਜਨ ਸੋਚਦਾ ਕਿ ਮੇਰੇ ਕੋਲ ਰਾਤ ਦੀਆਂ ਫੈਸਿਲਿਟੀਆਂ ਨਹੀਂ ਹਨ देन ਹੀ ਕੈਨ ਸੇ ਕਿ ਬਿਲਕੁਲ ਫੈਸਿਲਿਟੀਆਂ ਹੈ ਨਹੀਂ ਤੇ ਮੈਂ ਕਰ ਨਹੀਂ ਸਕਦਾ ਬਿਕੋਜ਼ ਇਹ ਡਿਸਟ੍ਰਿਕਟ ਐਡਮਿਨਿਸਟਰेटर ਦਾ ਆਰਡਰ ਨਹੀਂ ਹੁੰਦਾ ਇਹ ਪਰਮਿਸ਼ਨ ਹੁੰਦੀ ਹੈ ਕਿ ਤੁਹਾਨੂੰ ਆਗਿਆ ਦਿੱਤੀ ਜਾਂਦੀ ਹੈ ਕਿ ਕਰ ਸਕਦੇ ਹੋ ਤਾਂ ਕਰ ਲਓ ਤੇ ਉਹਨਾਂ ਕੋਲੇ ਦੇ ਫੈਸਿਲਿਟੀਆਂ ਸੀ ਤਾਂ ਰਾਤ ਨੂੰ ਅੱਗੋਂ ਸਿਵਲ ਸਰਜਨ ਨੇ ਦੇਖਣਾ ਸੀ ਕਿ ਰਾਤ ਨੂੰ ਉਹ ਕਰ ਸਕਦੇ ਜਾਂ ਨਹੀਂ ਕਰ ਸਕਦੇ ਫੈਸਿਲਿਟੀਆਂ ਹੋਣੀਆਂ ਇਹ ਇਸ ਕਰਕੇ ਉਹਨਾਂ ਨੇ ਰਾਤ ਨੂੰ ਪੋਸਟਮਾਰਟਮ ਕੀਤਾ ਪੋਸਟਮਾਰਟਮ ਦੀ ਰਿਪੋਰਟ ਨੂੰ ਦੇਖਿਆ ਜਾਂਦਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਆਉਂਦਾ ਕਿ ਜਿੰਨੀਆਂ ਵੀ ਗੋਲੀਆਂ ਸਈਆਂ ਉਹ ਛਾਤੀ ਤੋਂ ਉੱਪਰ ਜਾਂ ਜਵਾੜਿਆਂ ਦੇ ਵਿੱਚ ਸਈਆਂ ਪਰ ਜਦੋਂ ਗੋਲੀ ਦੇ ਆਰਡਰ ਦਿੱਤੇ ਜਾਂਦੇ ਆ ਤਾਂ ਏਕੇ ਸ਼ਰਮਾ ਕਹਿੰਦੀ ਹੈ ਕਿ ਮੈਂ ਉਸ ਸਮੇਂ ਦੇ ਜੋ ਮੇਰੇ ਤੋਂ ਥੱਲੇ ਦੇ ਅਧਿਕਾਰੀ ਸੀ ਮੈਂ ਕਹਿਆ ਸੀ ਕਿ ਇਹਨਾਂ ਦੇ ਅਧੀਨ ਹੀ ਗੋਲੀਆਂ ਚਲਾਈਆਂ ਜਾਂ ਨਾ ਔਰ ਗੋਲੀਆਂ ਡਿਫੈਂਸ ਦੀ ਤਰ੍ਹਾਂ ਚਲਾਈਆਂ ਜਾਂ ਕਿਉਂਕਿ ਪੁਲਿਸ ਰੂਲ ਵੀ ਕਹਿੰਦਾ ਕਿ ਜਦੋਂ ਗੋਲੀ ਚਲਾਉਣੀ ਹੈ ਤਾਂ ਗੋਲੀ ਹਵਾਈ ਫਾਇਰਿੰਗ ਹੋਣਗੇ ਔਰ ਛਾਤੀ ਤੋਂ ਥੱਲੇ ਲੱਗਣ ਤਾਂ ਕਿ ਡਿਫੈਂਸਿਸ ਗੋਲੀ ਚਲਾਈ ਜਾਵੇ ਨਾ ਕਿ ਕਿਸੇ ਨੂੰ ਮ ਦੇਖੋ ਇੱਕ ਗੱਲ ਦਾ ਦਬਾਅ ਤਾਂ ਜਿਹੜੇ ਐਸਪੀ ਅਪਰੇਸ਼ਨ ਨੇ ਆਰਡਰ ਕੀਤਾ ਉਹ ਹੀ ਦੇ ਸਕਦੇ ਆ ਠੀਕ ਹੈ ਨਾ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ 'ਚ ਵੀ ਲਿਖਿਆ ਕਿ ਇਹ ਗੋਲੀਆਂ ਜਿਹੜੀਆਂ ਹੈ ਥੱਲੇ ਨਹੀਂ ਮਾਰੀਆਂ ਗਿਆ ਉੱਪਰ ਨੂੰ ਮਾਰੀਆਂ ਗਿਆ ਇਸੇ ਕਰਕੇ ਉਹਨਾਂ ਨੇ ਹੋਲਡ ਕੀਤਾ ਕਿ ਅਨਵਰੈਂਟਡ ਸੀ ਫੋਰਸ ਜਦੋਂ ਜਸਟਿਸ ਗੁਰਨਾਮ ਸਿੰਘ ਨੇ ਕਿਹਾ ਤਾਂ ਕਿ ਯੂਜ਼ ਆਫ ਫੋਰਸ ਜਿਹੜੀ ਹੈ ਅਨਵਰੈਂਟਡ ਸੀ ਉਸ ਤੋਂ ਬਾਅਦ ਹੋਰ ਕੀ ਹੋ ਸਕਦਾ ਜਸਟਿਸ ਗੁਰਨਾਮ ਸਿੰਘ ਅਖੀਰ ਤੇ ਲਿਖਦੇ ਆ ਕਿ ਗੋਲੀ ਦੇ ਆਰਡਰ ਨੂੰ ਟਾਲਿਆ ਜਾ ਸਕਦਾ ਸੀਗਾ ਜੇ ਪ੍ਰਸ਼ਾਸਨਿਕ ਅਧਿਕਾਰੀ ਸਹੀ ਆਪਣੀ ਭੂਮਿਕਾ ਨਿਭਾਉਂਦੇ ਦੇਖੋ ਗੱਲ ਇਹ ਹੈ ਵੀ ਤਾਲਣਾ ਜਿਹੜਾ ਹੈ ਉੱਥੇ ਮੌਕੇ ਤੇ ਹੈਂਡਲਿੰਗ ਜਿਹੜੀ ਹੈ ਮੌਕੇ ਦੇ ਅਫਸਰ ਨੇ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਤੁਸੀਂ ਉੱਥੇ ਮੁੰਡੇ ਬੈਠੇ ਸੀ ਤੁਸੀਂ ਉਹਨਾਂ ਨੂੰ ਅਰੈਸਟ ਕਰਨ ਲਈ ਕਰ ਦਿੰਦੇ ਉਹ ਮਿਸ ਹੈਂਡਲਿੰਗ ਹੁੰਦੀ ਮੈਂ ਐਡਮਿਸ਼ਨ ਦੇ ਵਿੱਚ ਮੇਰੀ 30 35 ਸਾਲ ਦੀ ਸਰਵਿਸ ਰਹੀ ਹੈ ਤੁਸੀਂ ਹੁਣ ਵੀ ਦੇਖ ਲਓ ਫਰਜ਼ ਕਰ ਲਓ ਕਿਤੇ ਕੋਈ ਲੇਬਰ ਵਾਲੇ ਬੈਠੇ ਆ ਕੋਈ ਕਰਮਚਾਰੀ ਬੈਠੇ ਆ ਤੁਸੀਂ ਕਹਿੰਦੇ ਉਹ ਬੈਠੇ ਆ ਇਹਦੀ ਗਾਹਾਂ ਨਾ ਵੱਧ ਜਾਣ ਇਹਨਾਂ ਤੇ ਹੁਣੇ ਇਹਨਾਂ ਨੂੰ ਅਰੈਸਟ ਕਰ ਲਓ ਕਦੇ ਹੁੰਦਾ ਲੋਕ ਰਾਜ ਦੇ ਵਿੱਚ ਇਹ ਨਹੀਂ ਹੁੰਦਾ ਇਟ ਊਡ ਹੈਵ ਬੀਨ ਅ ਮਿਸਹੈਂਟਲਿੰਗ ਆਫ ਸਿਚੁਏਸ਼ਨ ਦੀ ਅਸੀਂ ਕਹਿੰਦੇ ਵੀ ਉਹਨਾਂ ਨੂੰ ਅਰੈਸਟ ਕਰ ਲਓ ਕਰਫਿਊ ਬਾਊਂਡ ਏਰੀਏ ਤੋਂ ਉਹ ਬਾਹਰ ਬੈਠ ਬਾਹਰ ਬੈਠੇ ਆ ਆਪਣੀਆਂ ਸਪੀਚਾਂ ਕਰ ਰਹੇ ਆ ਸਾਨੂੰ ਕੀ ਫਰਾਜਾ ਉੱਤੇ ਇਸ ਵਕਤ ਤੁਸੀਂ ਅਕਾਲੀ ਦਲ ਦੇ ਫਤੇਗੜ ਸਾਹਿਬ ਤੋਂ ਉਮੀਦਵਾਰ ਹੋ 1986 ਦੇ ਵਿੱਚ ਗੋਲੀकांड ਹੁੰਦਾ ਬਰਨਾਲਾ ਸਰਕਾਰ ਸੀ 2001 ਦੇ ਵਿੱਚ ਲੰਮੇ ਸਮੇਂ ਬਾਅਦ ਇਸ ਰਿਪੋਰਟ ਨੂੰ ਪੇਸ਼ ਕੀਤਾ ਜਾਂਦਾ ਤਾਂ ਉਸ ਸਮੇਂ ਵੀ ਅਕਾਲੀ ਸਰਕਾਰ ਸੀ ਪਰ ਇਸ ਦੇ ਉੱਤੇ ਕੋਈ ਵੀ ਐਸਆਈਟੀ ਦਾ ਗਠਨ ਨਹੀਂ ਕੀਤਾ ਗਿਆ ਕੋਈ ਇਸ ਦੀ ਐਕਸ਼ਨ ਰਿਪੋਰਟ ਨਹੀਂ ਲਿਆਂਦੀ ਗਈ ਅੱਜ ਤੁਸੀਂ ਅਕਾਲੀ ਦਲ ਚੋਂ ਕੈਪਟਨ ਦੀ ਸਰਕਾਰ ਹੈ ਦੋ ਵਾਰ ਅਕਾਲੀ ਦਲ ਦੀ ਸਰਕਾਰ ਆ ਚੁੱਕੀ ਇੱਕ ਵਾਰ ਕਾਂਗਰਸ ਸਰਕਾਰ ਆ ਚੁੱਕੀ ਹੈ 2001 ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਵੀ ਅੱਜ ਤੁਹਾਡਾ ਇਸ ਰਿਪੋਰਟ ਨੂੰ ਲੈ ਕੇ ਕੀ ਮੰਨਣਾ ਹੈ ਕਿ ਕੀ ਇਸ ਤੇ ਕੋਈ ਐਕਸ਼ਨ ਟੇਕਿੰਗ ਰਿਪੋਰਟ ਹੋਣੀ ਚਾਹੀਦੀ ਹੈ ਜਾਂ ਕੋਈ ਐਸਟੀਟੀ ਦਾ ਗਠਨ ਹੋਣਾ ਚਾਹੀਦਾ ਹੈ ਦੇਖੋ ਇਸ ਤਰ੍ਹਾਂ ਹੈ ਕਿ ਐਸਆਈਟੀ ਦਾ ਗਠਨ ਉਦੋਂ ਹੁੰਦਾ ਹੈ ਜਦੋਂ ਕਮਿਸ਼ਨ ਦੀ ਰਿਪੋਰਟਸ ਕੋਈ ਗੱਲ ਸਪਸ਼ਟ ਨਾ ਹੋਵੇ ਕਮਿਸ਼ਨ ਦੀ ਰਿਪੋਰਟ ਨੇ ਦੋ ਗੱਲਾਂ ਡਿਟਰਮਾਈਨ ਕਰਨੀਆਂ ਸੀ ਨੰਬਰ 1 ਕਿ ਗੋਲੀ ਕਿਹਨੇ ਚਲਾਈ ਉਹਦੇ ਵਿੱਚ ਕਲੀਅਰ ਹੈ ਕਿ ਗੋਲੀ ਜਿਹੜੀ ਐਸਪੀ ਆਪਰੇਸ਼ਨ ਦੇ ਆਰਡਰ ਦੇ ਨਾਲ ਚੱਲੀ ਨੰਬਰ 2 ਕਿ ਇਹ ਪਤਾ ਨਾ ਲੱਗੇ ਵੀ ਫਾਇਰਿੰਗ ਅਨਜਸਟੀਫਾਈਡ ਨਹੀਂ ਸੀ ਕਮਿਸ਼ਨ ਦੀ ਰਿਪੋਰਟ ਬੜਾ ਕਲੀਅਰ ਲਿਖਿਆ ਕਿ ਫਾਇਰਿੰਗ ਜਿਹੜੀ ਹੈ ਉਹ ਅਨਜਸਟੀਫਾਈਡ ਸੀ ਇਹ ਜਿਹੜਾ ਹੁਣ ਦੇਖੋ ਇਹ 86 ਦੀ ਰਿਪੋਰਟ ਹੈ ਠੀਕ ਹੈ ਕਿੰਨੇ ਸਾਲ ਹੋ ਗਏ 14 ਸਾਲ ਹੋ ਗਏ 32 ਸਾਲ ਹੋ ਗਏ 32 33 ਸਾਲਾਂ ਬਾਅਦ ਮੈਂ ਉਸ ਤੋਂ ਬਾਅਦ ਡੀਸੀਬ ਲੱਗਾ ਰਹਾ ਵੱਖੋ-ਵੱਖਰੀਆਂ ਪੋਸਟਾਂ ਤੇ ਵੀ ਰਹਾ ਹੁਣ ਜਦੋਂ ਮੈਨੂੰ ਲੋਕ ਸਭਾ ਦੀ ਟਿਕਟ ਮਿਲ ਗਈ ਤਾਂ ਇਹ 32 33 ਸਾਲਾਂ ਬਾਅਦ ਇਹ ਸਾਰਾ ਪੋਲੀਟੀਕਲੀ ਮੋਟੀਵੇਟਿਡ ਹੈ ਕਿ ਇੱਕ ਇਹ ਕਹਿੰਦੇ ਹੁਣ মিডিਆ ਦੇ ਵਿੱਚ ਦੇਖੋ ਮੈਂ ਪਹਿਲਾਂ ਵੀ ਪਤਾ ਨਹੀਂ ਗੱਲ ਤੁਹਾਨੂੰ ਕਹੀ ਹੈ ਕਿ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਕਿ মিডিਆ ਦਾ ਅਸੀਂ ਸਰਕਾਰ ਕਰਦੇ ਹਾਂ ਤੱਥਾਂ ਦੇ ਆਧਾਰ ਤੇ ਰਿਪੋਰਟ ਕੀਤੀ ਜਾਵੇ ਉਹ ਕਹਿੰਦੇ ਆ ਦਰਬਾਰਾ ਸਿੰਘ ਉਦੋਂ ਡੀਸੀ ਸੀ ਵੀ ਡੀਸੀ ਹੋਣਾ ਤਾਂ ਕੋਈ ਗੁਨਾਹ ਨਹੀਂ ਫਿਰ ਜੇ ਮੇਰੇ ਤੇ ਕੋਈ ਇਲਜ਼ਾਮ ਲਾਉਣਾ ਹੈ ਤਾਂ ਲਿਖਣ ਵੀ ਦਰਬਾਰਾ ਸਿੰਘ ਗੁਰੂ ਨੇ ਗੋਲੀ ਚਲਾਈ ਹੈ ਜਾਂ ਦਰਬਾਰਾ ਸਿੰਘ ਗੁਰੂ ਮੌਕੇ ਤੇ ਹਾਜ਼ਰ ਸੀ ਫਿਰ ਮੈਂ ਆਪਣਾ ਪ੍ਰੈਸ ਕਾਉਂਸਲ ਆਫ ਇੰਡੀਆ ਜਾਵਾਂ ਦੇਖੋ ਫਰੀडम ਆਫ ਪ੍ਰੈਸ ਨੂੰ ਅਸੀਂ ਬਿਲਕੁਲ ਅਪਰੀਸ਼ੀਏਟ ਕਰਦੇ ਹਾਂ ਪਰ ਉਹਦਾ ਮਤਲਬ ਇਹ ਨਹੀਂ ਕਿ ਦੂਜੇ ਬੰਦੇ ਦੀ ਰੈਪਿਊਟੇਸ਼ਨ ਖਰਾਬ ਕਰ ਦਿਓ ਉਹਦੇ ਵਿੱਚ ਲਿਖ ਦੇਣ ਫਿਰ ਜੇ ਕਿਸੇ ਨੂੰ ਇਹ ਆ ਵੀ ਮੈਂ ਗੋਲੀ ਚਲਾਈ ਹੈ ਤਾਂ ਆਲ ਗੋ ਟੂ ਪ੍ਰੈਸ ਕੌਂਸਲ ਆਫ ਇੰਡੀਆ ਮੈਂ ਕੋਰਟ 'ਚ ਵੀ ਦਾ ਸਕਦਾ ਕਿ ਮੇਰੀ ਇਹ ਕਰ ਇਹ ਸਾਰਾ ਹੁਣ ਜਿਹੜਾ ਹੈ ਨਾ ਦੇਖੋ ਚਾਰ ਨੌਜਵਾਨਾਂ ਦੀ ਜਾਨਾਂ ਗਈਆਂ ਇਸ ਲਈ ਸਾਨੂੰ ਇਸ ਗੱਲ ਦਾ ਦੁੱਖ ਹੈ ਪਰ ਜਿਹੜਾ ਮੇਰਾ ਨਾਮ ਵਿੱਚ ਘੜੀ ਸੁਣਾ ਪੋਲੀਟਿਕਲ ਤੌਰ ਤੇ ਇਹ ਸਿਆਸਤ ਤੋਂ ਪਰੇ ਦਾ ਪੂਰੀ ਤਰ੍ਹਾਂ ਨਾਮ ਹੈ ਮੌਕੇ ਤੇ ਹਾਜ਼ਰਾਂ ਨਾ ਮੇਰੇ ਕੋਈ ਗੋਲੀ ਦਾ ਆਰਡਰ ਹੈ ਜਸਰ ਸਿੰਘ ਗੁਰਨਾਮ ਸਿੰਘ ਨੇ ਕਹਿਤਾ ਕਲੀਅਰ ਕਰਤਾ ਵੀ ਐਸਪੀ ਆਪਰੇਸ਼ਨ ਨੇ ਗੋਲੀ ਚਲਾਈ ਹੈ ਉਹਨਾਂ ਨੇ ਇਹ ਵੀ ਕਲੀਅਰ ਕਰਤਾ ਵੀ ਅਸੀਂ ਮੌਕੇ ਤੇ ਵੀ ਨਹੀਂ ਸੀ ਉਹਨਾਂ ਨੇ ਇਹ ਵੀ ਕਲੀਅਰ ਕਰਤਾ ਕਿ ਗੋਲੀ ਚਲਾਉਣ ਤੋਂ ਪਹਿਲਾਂ ਐਸਪੀ ਆਪਰੇਸ਼ਨ ਨੇ ਕੋਈ ਵਰਬਲ ਜਾਂ ਵਾਇਰਲੈਸ ਦੇ ਵੀ ਐਸਐਸਪੀ ਦਾ ਡੀਸੀ ਤੋਂ ਕੋਈ ਆਰਡਰ ਨਹੀਂ ਲਿਆ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਰਿਪੋਰਟ ਦੇ ਵਿੱਚ ਕਿ ਗੋਲੀ ਚੱਲਣ ਤੋਂ ਬਾਅਦ ਵੀ ਡੀਸੀ ਤੇ ਐਸਐਸਪੀ ਨੂੰ ਸੂਚਿਤ ਕੀਤਾ ਇਹ ਵੀ ਉਹਨਾਂ ਨੇ ਲਿਖਿਆ ਕਿ ਗੋਲੀ ਦੀ ਆਵਾਜ਼ ਸੁਣ ਕੇ ਡੀਸੀ ਤੇ ਐਸਐਸਪੀ ਬਾਅਦ ਚੜਨਾ ਸਥਾਨ ਤੇ ਪਹੁੰਚੇ ਤੇ ਇੱਕ ਜੀ ਚੀਜ਼ ਹੋਰ ਸੀ ਜੀ ਕਿ ਕਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹ ਕਹਿ ਰਿਹਾ ਕਿ ਦਰਬਾਰਾ ਸਿੰਘ ਗੁਰੂ ਔਰ ਇਜ਼ਹਾਰ ਅਲਮ ਜੋ ਐਸਐਸਪੀ ਹੈ ਦੋਨਾਂ ਤੇ 302 ਔਰ 307 ਦੇ ਮੁਕਾਦਮੇ ਦਰਜ ਕੀਤੇ ਜਾਣ ਉਹ ਉਦਾਰ ਬਣਾ ਰਿਹਾ ਕਿ ਗੋਲੀ ਦਾ ਬੇਸ਼ੱਕ ਇਹਨਾਂ ਨੇ ਆਰਡਰ ਨਹੀਂ ਦਿੱਤਾ ਜੇ ਐਸਆਈਟੀ ਬਣੇਗੀ ਤਾਂ ਜੋ ਏਕੇ ਸ਼ਰਮਾ ਸ਼ਾਇਦ ਉਹਨਾਂ ਨੇ ਦਰਬਾਰਾ ਸਿੰਘ ਗੁਰੂ ਔਰ ਇਜ਼ਹਾਰ ਅਲਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ ਨਹੀਂ ਇਹ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਹੈ ਜਿਹੜੇ ਉਹ ਉੱਥੇ ਲਿਖਤੀ ਆਰਡਰ ਹੁੰਦਾ ਐਸਪੀ ਇਹ ਨਹੀਂ ਹੈ ਕਿ ਮੂਹ ਦਵਾਨੀ ਆਰਡਰ ਕਰਦਾ ਹੈ ਐਸਪੀ ਆਪਰੇਸ਼ਨ ਦਾ ਲਿਖਤੀ ਆਰਡ ਸਾਨੂੰ ਬਚਾਉਣ ਲਈ ਕੀ ਆ ਸੀ ਜਦੋਂ 1 ਕਿਲੋਮੀਟਰ ਤੇ ਬੈਠੇ ਆ ਬਚਾਉਣ ਦੀ ਗੱਲ ਤਾਂ ਐ ਦੀ ਅਸੀਂ ਮੌਕੇ ਤੇ ਹੋਈਏ ਉਹ ਕਹੇ ਵੀ ਇਹ ਥੋੜਾ ਦੂਰ ਸੀਗੇ ਨਹੀਂ ਨਹੀਂ ਉਹ ਕਹ ਰਿਹਾ ਕਿ ਸਾਰੀ ਜ਼ਿੰਮੇਵਾਰੀ ਆਪਣੇ ਤੇ ਲੈ ਰੇ ਆ ਕਿ ਗੋਲੀ ਚਲਾਉਣ ਦਾ ਆਰਡਰ ਮੈਂ ਦਿੱਤਾ ਮੈਂ ਕੋਈ ਵਰਬਲ ਪਰਮਿਸ਼ਨ ਨਹੀਂ ਲਈ ਕਿਉਂਕਿ ਇਸ ਦੇ ਨਾਲ ਦਰਬਾਰਾ ਸਿੰਘ ਗੁਰੂ ਅਤੇ ਜ਼ਾਹਰ ਆਲਮ ਨੂੰ ਬਾਹਰ ਕੱਢਿਆ ਜਾ ਸਕੇ ਕੇਸ ਤੋਂ ਨਹੀਂ ਸਾਨੂੰ ਕੱਢਣ ਦੀ ਕੀ ਲੋਟ ਸੀ ਜੋ ਫੈਕਟ ਆ ਫੈਕਟ ਹੈ ਉਹਨਾਂ ਨੇ ਲਿਖਤੀ ਆਰਡਰ ਕੀਤਾ ਕੋਈ ਇਹ ਤਾਂ ਨਹੀਂ ਵੀ ਵਰਬਲ ਗੋਲੀ ਨਹੀਂ ਚਲਦੀ ਹੁੰਦੀ ਲਿਖਤੀ ਆਰਡਰ ਹੁੰਦਾ ਲਿਖਤੀ ਆਰਡਰ ਤੇ ਗੋਲੀ ਚਲਦੀ ਹੁੰਦੀ ਹੈ ਇਹ ਕਹਿਣਾ ਕਿ ਉਹ ਜਦੋਂ ਜਸਟਿਸ ਗੁਰਨਾ ਅਸੀਂ ਇੱਕ ਕਨਸਟੀਟਿਊਸ਼ਨ ਦੇ ਵਿੱਚ ਕਰਦੇ ਆ ਇੱਕ ਕਨਸਟੀਟਿਊਸ਼ਨਲ ਧਾਰਾਵਾਂ ਦੇ ਮੁਤਾਬਿਕ ਕਮਿਸ਼ਨ ਬਣਿਆ ਕਮਿਸ਼ਨ ਦੇ ਹਾਈ ਕੋਰਟ ਦੇ ਜੱਜ ਸੀ ਉਹ ਰਿਟਾਇਰਡ ਉਹਨਾਂ ਨੇ ਆਪਣੀ ਸਾਰੀ ਸ਼ਾਨ ਬਣ ਕੀਤੀ ਹੈ ਮੇਰਾ ਵੀ ਬਿਆਨ ਲਿਆ ਐਸਐਸਪੀ ਦਾ ਵੀ ਬਿਆਨ ਲਿਆ ਐਸਪੀ ਆਪਰੇਸ਼ਨ ਦਾ ਵੀ ਬਿਆਨ ਲਿਆ ਪਬਲਿਕ ਦੇ ਵੀ ਬਿਆਨ ਲਏ ਸਾਰਿਆਂ ਦੇ ਬਿਆਨ ਲੈ ਕੇ ਉਹ ਇਸ ਸਿੱਟੇ ਤੇ ਪਹੁੰਚਿਆ ਕਿ ਐਸਪੀ ਆਪਰੇਸ਼ਨ ਨੇ ਗੋਲੀ ਚਲਾਈ ਹੈ ਇਹ ਬਚਾਉਣ ਦੀ ਕੀ ਗੱਲ ਹੁਣ ਆਪਾਂ ਕਹਾਂਗੇ ਵੀ ਕਮਿਸ਼ਨਰ ਜਲੰਧਰ ਬੈਠੇ ਸੀ ਉਹਨਾਂ ਨੂੰ ਵੀ ਬੁਲਾ ਲਿਆ ਉਹ ਜਿਹੜਾ ਬੰਦਾ ਮੌਕੇ ਤੇ ਨਹੀਂ ਉਹਨੂੰ ਬਚਾਉਣ ਦਾ ਕੱਲ ਨੂੰ ਕੋਈ ਕਹੂਗਾ ਚੀਫ ਸੈਕਟਰੀ ਨੂੰ ਬਚਾ ਲ ਠੀਕ ਹੈ ਨਾ ਇਹ ਇਹ ਜਿਹੜੀਆਂ ਗੱਲਾਂ ਨੇ ਬਿਲਕੁਲ ਥਿਓਰੀਟੀਕਲ ਨੇ ਇਹ ਬਿਲਕੁਲ ਸਿਆਸਤ ਤੋਂ ਪ੍ਰੇਰਿਤ ਗੱਲ ਹੈ ਜਿਹੜੀ ਗੱਲ ਦੁੱਖ ਵਾਲੀ ਹੈ ਉਹ ਠੀਕ ਹੈ ਕਿ ਉੱਥੇ ਚਾਰ ਜਾਨਾਂ ਗਈਆਂ ਸਾਨੂੰ ਦੁੱਖ ਹੈ ਜਿਹੜਾ ਇਹਨੂੰ 32 ਸਾਲਾਂ ਬਾਅਦ ਮੈਨੂੰ ਲੋਕ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਇਹ ਸਿਆਸੀਕਰਨ ਕੀਤਾ ਜਾ ਰਿਹਾ ਬਿਲਕੁਲ ਹੀ ਸਿਆਸਤ ਤੋਂ ਪ੍ਰੇਰਿਤ ਹੈ ਮੇਰਾ ਕੋਈ ਰੋਲ ਨਹੀਂ ਹੋਂਦ ਗੋਲੀ ਕੰਡ ਦੇ ਵਿੱਚ ਸੋ ਇਸਨ ਦਰਬਾਰਾ ਸਿੰਘ ਗੁਰੂ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਗੋਲੀ ਚਲਾਉਣ ਦੇ ਵਿੱਚ ਕੋਈ ਹੱਥ ਨਹੀਂ ਸੀ ਔਰ ਉਹ ਨਿਰਦੋਸ਼ ਨੇ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਰੋਹਿਤ ਵੰਸਲ ਪੱਕਾ న్యూਸ 18 ਪੰਜਾਬ